ਐਸ ਅਫਦਰ ਰਹਿਮਾਨ ਜੀ, ਇਹਨਾਂ ਦੀ ਵੀ ਕੋਈ ਹਿਸਟਰੀ ਇੱਦਾਂ ਦੀ ਆ? ਪਹਿਲੀ ਦਫ਼ਾ ਇਹ ਲਿਖਾਈ ਠੀਕ ਕਰਨ ਵਾਸਤੇ ਆਏ। ਮੈਂ ਕਿਹਾ ਜੀ ਆਪਣਾ ਫੀਸ ਜਿਹੜੀ ਉਹਦਾ 125 ਰੁਪਇਆ ਹੁੰਦੀ ਸੀ। ਮੈਂ ਕਿਹਾ ਜੀ 125 ਹੋਣਾ, ਕਹਿੰਦੇ 100 ਲੈ ਲਓ। ਮੈਂ ਕਿਹਾ ਨਹੀਂ, 125 ਹੀ ਲਈਦਾ। ਕਹਿੰਦੇ ਠੀਕ ਹੈ ਜੀ। ਮੁੜ ਕੇ ਫੀਸ ਲੈ ਕੇ ਆਇਆ, ਮੈਂ ਚਲੋ 100 ਰੱਖ ਲੈਣਾ। ਕਹਿੰਦੇ ਨਹੀਂ, ਹੁਣ 125 ਦੇਣਾ। ਮੈਂ ਕਿਹਾ ਠੀਕ ਹੈ ਜੀ। ਮੈਂ ਚੱਲ ਇਹਨਾਂ ਨੂੰ 12-13 ਸਾਲ ਹੋ ਗਏ ਨੇ ਇਸ ਲਾਈਨ ਦੇ ਵਿੱਚ। ਫਿਰ ਮਸਕਤ ਰਹਿ ਕੇ ਆਏ 2 ਸਾਲ। ਉਸ ਤੋਂ ਬਾਅਦ ਇਹਨਾਂ ਨੇ ਆਣ ਕੇ ਜ਼ਰੀਆ ਮੁਆਸ਼ ਤਾਂ ਹੋਰ ਕਰ ਲਿਆ, ਮਗਰ ਇਹ ਜਿਹੜੀ ਪੇਂਟਿੰਗ ਆ ਨਾ, ਉਹਦਾ ਸ਼ੌਕ ਨਹੀਂ ਗਿਆ। ਇਹਨਾਂ ਨੇ ਕੰਮ ਜਿਹੜਾ ਗਾਇਬ ਕਰਦੇ ਰਹਿਣਾ, ਉਹਦੇ ਨਮਾਇਸ਼ ਵਾਸਤੇ ਜਿਹੜਾ ਨਾ, ਉਸ ਫਿਰ ਸਪੈਸ਼ਲੀ ਕਰਕੇ ਕਰਨਾ ਵਾ। ਫਿਰ ਉਹਨੂੰ ਫਰੇਮ ਬੜਾ ਅੱਛਾ ਕਰਨਾ ਵਾ ਕਿ ਜੀ ਉਹ ਨਮਾਇਸ਼ ਦੇ ਵਿੱਚ ਰੱਖਣਾ ਸੀ ਕੰਮ।